ਸਮਾਨ ਆਪਣਾ ਜਿਹੜਾ ਲਾਉਣਾ ਇਸ ਤਰ੍ਹਾਂ ਅਸੀਂ ਤੇ ਵੰਡ ਰਹੇ ਹਾਂ ਗੋਲੀਆਂ ਵੰਡੀਆਂ ਕਲੋਰੀਨ ਦੀਆਂ ਲਾਗੇ ਦੁਕਾਨਾਂ 'ਚ ਵੰਡਣ ਡਿਆ ਸਾਨੂੰ ਇਹਨਾਂ ਦੁਕਾਨਾਂ ਦੇ ਦੋਹਾਂ 'ਤੇ ਸ਼ੱਕ ਪਿਆ ਇਹਨਾਂ ਦੇ ਅਸੀਂ ਮੈਂ ਚੱਲ ਫਰੂਟ ਚੈੱਕ ਕਰੀਏ ਫਰੂਟ ਚੈੱਕ ਕਰਦੇ ਇਹਨਾਂ ਦੇ ਜੂਸ ਕਿੱਦਾਂ ਦਾ ਹੈਗਾ ਇਹਨਾਂ ਨੂੰ ਸਾਰਾ ਹੀ ਗੰਦ ਨਿਕਲਿਆ ਸੁੰਡੇ ਪਏ ਆ ਇਹਨਾਂ ਦੇ ਕੇਲਿਆਂ ਦੇ ਵਿੱਚ ਵੀ ਪਪੀਤੇ 'ਚ ਸੁੰਡੇ ਪਏ ਆ ਦੁੱਧ ਜਿਹੜਾ ਇਹਨਾਂ ਦਾ ਉਹ ਕੈਮੀਕਲ ਵਾਲਾ ਨਿਕਲਿਆ ਇਹਨਾਂ ਦਾ ਕੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਦੇ ਖਿਲਾਫ ਇਹਨੇ ਰੇੜੀਆਂ ਹੀ ਲੈ ਚੱਲੇ ਦਫ਼ਤਰੇ ਅੱਗੇ ਜੋ ਕਾਰਵਾਈ ਆਪਾਂ ਮਹਿਕਮੇ ਨੂੰ ਹੁੰਦੀ ਆਪਾਂ ਕਰਾਂਗੇ ਜ਼ਰੂਰ ਇਹਨਾਂ ਦੇ ਬਾਕੀ ਪਬਲਿਕ ਨੂੰ ਆਪਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਅੱਗੇ ਤਾਂ ਬਰਸਾਤਾਂ ਦੇ ਦਿਨ ਵਿੱਚ ਚੱਲਣ ਡਿਆ ਪਾਣੀ ਵੀ ਦੁਸ਼ਤ ਹੋਣ ਡਿਆ ਵਾ ਆਪਣੇ ਖਾਣ ਪੀਣ ਦਾ ਜਿਹੜਾ ਖਾਸ ਧਿਆਨ ਰੱਖੋ ਸਾਫ਼ ਸਫਾਈ ਰੱਖੋ ਲਾਗੇ ਜਿਹੜਾ ਇਹਨਾਂ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਬਚ ਕੇ ਰਹੋ ਇਹਨਾਂ ਬਿਮਾਰੀ ਦਾ ਘਰ ਹੈਗਾ ਇਹਨਾਂ ਦਾ ਪਿਛੋਕੜ ਪਿੱਛੋਂ ਕੀ ਹੈਗਾ ਜਿਹੜਾ ਇਹਨਾਂ ਨੂੰ ਇੱਥੇ ਆਪਾਂ ਮਾਨਤਾ ਦਿੱਤੀ ਹੋਈ ਹੈ ਕਿ ਰੇੜੀਆਂ ਲਗਾ ਸਕਦੇ ਰੇੜੀਆਂ ਦੀ ਮਾਨਤਾ ਨਹੀਂ ਦਿੱਤੀ ਕਮੇਟੀ ਨੇ ਕੁਛ ਵੀ ਇਹਨਾਂ ਨੂੰ ਇਹਨਾਂ ਆਪਣੇ ਆਪ ਲਾਈਆਂ ਰੇੜੀਆਂ ਲਿਆਉਣ ਕੇ ਠੀਕ ਹੈ ਸਾਡੇ ਵੱਲੋਂ ਕਮੇਟੀ ਵੱਲੋਂ ਨਗਰ ਪੰਚਾਇਤ ਵੱਲੋਂ ਕੋਈ ਮਾਨਤਾ ਨਹੀਂ ਹੈਗੀ ਜਿਸ ਤਰ੍ਹਾਂ ਸੜਕ ਦੇ ਕਿਨਾਰੇ ਦਾ ਵੀ ਕਾਫੀ ਤੁਹਾਨੂੰ ਪਤਾ ਟ੍ਰੈਫਿਕ ਵੀ ਜਾਮ ਹੋ ਜਾਂਦੀ ਹੈ ਹਾਈਵੇ ਦੇ ਥੱਲੇ ਬਹੁਤ ਸਾਰੀਆਂ ਰੇੜੀਆਂ ਚੱਲਣ ਦੀਆਂ ਇਸ ਤਰ੍ਹਾਂ ਦੀਆਂ ਵੀ ਕਾਰਵਾਈ ਕੀਤੀ ਜਾਵੇਗੀ ਅੱਗੇ ਹੁਣ ਮੁੰਡਿਆਂ ਦੇ ਕਾਰਵਾਈ ਕੀਤੀ ਜਾਵੇਗੀ ਹਾਂ ਰੇੜੀ ਇਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਆ ਫੜੇ ਗਏ ਜਿਹਨਾਂ ਦਾ ਸੈਂਪਲ ਵੇਖਿਆ ਗਿਆ ਵਾ ਇਹੋ ਜਿਹਾ ਇਹਨਾਂ ਦਾ ਰੱਖਦੇ ਮਟੀਰੀਅਲ ਤੇ ਅੱਗੇ ਉਹਨਾਂ ਦਾ ਵੀ ਨਾਲ ਹੀ ਰੱਖਿਆ ਜਾਊਗਾ ਜਿਹਨਾਂ ਦੀ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਕੀਤੀ ਜਾਊਗੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕੀ ਸਹਿਯੋਗ ਦੇਣ ਤੁਹਾਨੂੰ ਲੋਕਾਂ ਨੂੰ ਇਹੋ ਸਹਿਯੋਗ ਚਾਹੁੰਦੇ ਆ ਵੀ ਆਪਣੀ ਸਿਹਤ ਦਾ ਖਿਆਲ ਰੱਖੋ ਖਾਣ ਪੀਣ ਵਾਸਤੇ ਜਿਹੜਾ ਚੰਗਾ ਖਾਓ ਚੰਗਾ ਇਹ ਜਿਹੜਾ ਬਿਮਾਰੀਆਂ ਤੋਂ ਬਚ ਕੇ ਰਹੋ ਇਹੋ ਜਿਹਾ ਗੰਦ ਨਾ ਖਾਓ ਠੀਕ ਹੈ ਜੀ ਇੰਸਪੈਕਟਰ ਸਾਹਿਬ ਜਿਸ ਤਰ੍ਹਾਂ ਰਵੱਈਏ ਦੇ ਵਿੱਚ ਵੇਖਣ 'ਚ ਆਇਆ ਕਿ ਫਰੂਟ ਦੀਆਂ ਰੇੜੀਆਂ ਤੋਂ ਇਲਾਵਾ ਵੀ ਜਾਂ ਫਾਸਟ ਫੂਡ ਦਾ ਵੀ ਜਿਹੜਾ ਰੁਝਾਨ ਦਿਨੋਂ ਦਿਨ ਜਿਹੜਾ ਉਹ ਗੰਦਾ ਮੰਦਾ ਫਾਸਟ ਫੂਡ ਖਿਲਾਇਆ ਜਾ ਰਿਹਾ ਨਾ ਉਹਨਾਂ ਦਾ ਕੋਈ ਚੱਜ ਦੀ ਬੇਕਰੀ ਤੋਂ ਸਮਾਨ ਲਿਆਉਂਦਾ ਜਾਂਦਾ ਅਤੇ ਨਾ ਹੀ ਉਹ ਚੱਜ ਦੇ ਨੂਡਲ ਜਿਹੜੇ ਹੁੰਦੇ ਆ ਉਹ ਬਣਾ ਕੇ ਦਿੱਤੇ ਜਾਂਦੇ ਲੋਕਾਂ ਨੂੰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਸਾਡੇ ਨਾਲ ਹੈਗਾ ਇਹਨਾਂ ਦਾ ਸਹਿਯੋਗ ਸਿਹਤ ਵਿਭਾਗ ਦੀ ਟੀਮ ਦਾ ਉਹਨਾਂ ਨੂੰ ਉਹਨਾਂ ਵੀ ਚੈੱਕ ਕਰਾਂਗੇ ਜੇ ਫਾਸਟ ਫੂਡ ਵਾਲੀ ਦੁਕਾਨਾਂ ਜਿਹੜੀਆਂ ਨਾ ਜੇ ਜਿਹੜਾ ਕੋਈ ਉੱਥੇ ਸਮਾਨ ਜਿਹੜਾ ਨੈਗੇਟਿਵ ਪਾਇਆ ਜਾਂਦਾ ਉਹਨਾਂ 'ਤੇ ਕਾਰਵਾਈ ਕਰਾਂਗੇ ਆਪਾਂ ਇਹ ਬਿਲਕੁਲ ਗੰਦ ਕੰਪਾਊਂਡ ਹੈ ਜੀ ਗਲੇ ਕੇਲੇ ਆ ਇਹਦੇ ਉੱਥੇ ਪਪੀਤੇ ਕੱਢੇ ਆ ਅਤੇ ਉਹਨਾਂ ਨੂੰ ਸੁੰਡੇ ਪਏ ਆ ਇਹ ਸਾਰਾ ਸਮਾਨ ਜਿਹੜਾ ਇਹਦੀ ਰੇੜੀ ਤੋਂ ਬਰਾਮਦ ਕੀਤਾ ਉਹ ਬਿਲਕੁਲ ਬੇਕਾਰ ਇਹਦੇ ਲਾਗੇ ਨੱਕ ਨਹੀਂ ਦਿੱਤਾ ਜਾਂਦਾ ਜੀ ਠੀਕ ਕਿਹੜੀ ਕਿਹੜੀ ਟੀਮ ਪਹੁੰਚੀ ਅੱਜ ਇੱਥੇ ਜੀ ਇੱਥੇ ਇੱਕ ਤਾਂ ਹੈਲਥ ਡਿਪਾਰਟਮੈਂਟ ਵੱਲੋਂ ਆਏ ਆ ਜੀ ਨਗਰ ਕੌਂਸਲ ਵੱਲੋਂ ਆਈ ਹੋਈ ਟੀਮ ਕੀ ਕਾਰਵਾਈ ਕੀਤੀ ਜਾਵੇਗੀ ਹੁਣ ਇਹਨਾਂ ਖਿਲਾਫ ਇਹਨਾਂ ਦੀਆਂ ਰੇੜੀਆਂ ਤੇ ਸਾਰੋਂ ਨਹੀਂ ਲੈ ਚੱਲੇ ਆ ਇਹਨਾਂ ਨਾਲ ਗੱਲ ਕਰ ਸਕਦੇ ਠੀਕ ਹੈ ਮਤਲਬ ਹੋਰ ਵੀ ਕਿਤੇ ਕਿ ਫਿਰਮਾ ਰੋਡ ਤੇ ਇਕੱਲੀ ਰੇਡ ਕੀਤੀ ਜਾ ਰਹੀ ਅੱਜ ਅੱਜ ਫਿਲਹਾਲ ਇੱਥੋਂ ਹੀ ਸ਼ੁਰੂ ਕੀਤਾ ਜੀ ਤੁਸੀਂ ਸਰ ਕੀ ਕਹਿਣਾ ਚਾਹੁੰਦੇ ਪਰ ਜੋ ਭਾਈ ਸਾਹਿਬ ਨੇ ਕਿਹਾ ਉਹ ਚੀਜ਼ ਮੇਰੇ ਬੇਨ ਜਿਹੜੀ ਸਾਰੀ ਪ੍ਰੋਗਰੈਸ ਕੀਤੀ ਗਈ ਆ ਨਹੀਂ ਜਿਸ ਤਰ੍ਹਾਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਖਿਲਵਾੜ ਹੋ ਰਿਹਾ ਜੀ ਇਹ ਸ਼ਰਿਆਮ ਓਪਨ ਹੈ ਜੋ ਲੱਗੇ ਦੁਕਾਨਦਾਰਾਂ ਦਾ ਫਰਜ਼ ਵੀ ਬਣਦਾ ਵਾ ਜਿਹੜਾ ਜਿਹਨਾਂ ਧਿਆਨ ਰੱਖਿਆ ਜਾਵੇ ਇਹਨਾਂ ਲੋਕਾਂ ਨੂੰ ਜਿਹੜਾ ਵਾ ਸੁਚੇਤ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਜਿੱਦਾਂ ਅੱਜ ਕੱਲ੍ਹ ਹੈਜਾ ਦੂਰੀ ਪੁੱਛੋਂ ਬੱਚਿਆਂ ਦਾ ਕਰੇ ਵੋਮਟਿੰਗ ਲੱਗ ਰਹੀਆਂ ਵਾ ਉਹਦਾ ਮੇਨ ਰੀਜ਼ਨ ਹੀ ਇਹੋ ਆ ਜਿਹਦੇ ਅਕੋਰਡਿੰਗ ਸਾਰਾ ਕੁਝ ਇਹ ਹੋ ਰਿਹਾ ਠੀਕ ਹੈ ਭਾਜੀ ਜਿਸ ਤਰ੍ਹਾਂ ਤੁਹਾਡੇ ਲਾਗੇ ਇੱਦਾਂ ਦਾ ਕੰਮ ਚੱਲ ਰਿਹਾ ਕਦੀ ਤੁਹਾਡੇ ਧਿਆਨ 'ਚ ਨਹੀਂ ਆਈ ਇਹ ਸਾਰੀ ਵਾਰਦਾਤ ਜਿਵੇਂ ਭਾਜੀ ਇਹਨਾਂ ਦੀਆਂ ਰੇੜੀਆਂ ਹੁਣ ਨਵੀਆਂ ਲੱਗੀਆਂ ਨੇ ਅੱਜ ਤੋਂ ਥੋੜ੍ਹੇ ਮਹੀਨੇ ਪਹਿਲਾਂ ਦੀਪਕ ਜੂਲਰ ਦੇ ਅੱਗੇ ਵੀ ਰੇੜੀ ਲੱਗੀ ਉਹਨਾਂ ਦਾ ਵੀ ਇਹੀ ਹਾਲ ਉਹਨਾਂ ਦੀ ਵੀ ਰੇੜੀ ਇੱਦਾਂ ਚੁਕਾਈ ਗਈ ਆ ਬਟ ਆਹ ਜਿਹੜੀਆਂ ਰੇੜੀਆਂ ਇਹ ਅਜੇ ਥੋੜ੍ਹੇ ਮਹੀਨਾ ਖੰਡ ਹੀ ਹੋਇਆ ਲੱਗੀਆਂ ਨੇ ਉਹਨਾਂ ਨੂੰ ਆਹ ਇੱਕ ਰੇੜੀ ਨੂੰ ਵੱਧ ਤੋਂ ਵੱਧ 10-15 ਦਿਨ ਹੀ ਹੋਏ ਆ
ਪਰ ਇਹਨਾਂ ਨੇ ਆਪਣਾ ਕੰਮ ਸ਼ੁਰੂ ਜਿਹੜਾ ਕੀਤਾ ਵਾ ਉਹ ਗੰਦ ਦੇ ਨਾਲ ਹੀ ਸ਼ੁਰੂ ਕੀਤਾ। ਬਾਕੀ ਤੁਸੀਂ ਸਾਰਾ ਕੁਝ ਵੀਡੀਓ 'ਚ ਵੇਖ ਹੀ ਰਹੇ ਜੇ ਕਿੱਦਾਂ ਦਾ ਫਰੂਟ ਇਹ ਯੂਜ਼ ਕਰ ਰਹੇ ਆ, ਅਤੇ ਸਾਨੂੰ ਕਹਿੰਦਾ ਜੀ ਅਸੀਂ ਸੁੱਟਣ ਨੂੰ ਰੱਖਿਆ, ਜਦਕਿ ਇਹਦੀ ਰੇਹੜੀ ਦੇ ਅੰਦਰੋਂ ਕਰੇਟਾਂ ਦੇ ਵਿੱਚੋਂ ਬਰਾਮਦ ਕੀਤਾ ਗਿਆ ਜਿਹੜਾ ਇਹ ਸਾਫ਼ ਸੂਫ ਕਰਕੇ ਉਹਨੇ ਫਿਰ ਸਜਾਇਆ ਸੀਗਾ। ਠੀਕ ਹੈ, ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਇਹ ਜੋ ਗੰਦ ਵਰਤਾ ਰਹੇ ਆ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਜਿਹੜਾ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ। ਇੱਧਰ ਸਜਾ ਕੇ ਰੱਖਾ ਇਸਕੋ, ਸਜਾ ਕੇ ਨਹੀਂ ਉਹ ਫਰੋਡ ਲਗਾ ਤਾ ਨਾ, ਮੈਂ ਇਹ ਫੈਂਕ ਰਿਹਾ ਤਾ, ਫਿਰ ਫੈਂਕ ਨੇ ਆ ਤਾ ਝਾੜੂ ਮਾਰ ਗਿਆ। ਨਹੀਂ ਨਹੀਂ ਜੇ ਵੀ ਫੈਂਕ ਰਹੇ ਥੇ ਜੋ ਪੜਾ ਹੈ, ਇਹ ਵੀ ਛਾੜਤੇ। ਨਹੀਂ ਨਹੀਂ ਉਹ ਤਾਂ ਬੋਲ ਰਹੇ ਤਾ ਜੇ ਜੋ ਵੇਚ ਜੇ ਇਸੇ ਵੇਚਤਾ ਫਰੂਟ। ਨਹੀਂ ਅਭੀ ਤਾਂ ਕੁਛ ਵੀ ਨਹੀਂ, ਅਭੀ ਤਾਂ ਜਗ ਵੀ ਦੇਖੋ ਸਾਫ਼ ਪੜੇ ਸਾਰੇ, ਅਭੀ ਤਾਂ ਅੱਡਾ ਲਗਾਉਣੇ ਲੱਗ ਰਿਹਾ। ਸਾਫ਼ ਕੌਣ ਸੇ ਦਿਖਾਓ ਮੁਝੇ, ਸਾਫ਼ ਬੰਡੇ ਸਾਰੇ ਸਾਫ਼ ਪੜੇ, ਕੌਣ ਸੇ ਸਾਫ਼ ਹੈ ਉਹ ਬੰਡੇ ਸਾਫ਼ ਪੜੇ ਸਾਰੇ, ਸਾਫ਼ ਉਹ ਕਰਾਓ ਬੰਡੇ ਸਾਰੇ ਸਾਫ਼ ਪੜੇ, ਅਭੀ ਤਾਂ ਫਰੂਟ ਅੱਗੇ। ਇਸਕੋ ਆਪ ਸਾਫ਼ ਬੋਲਤੇ ਹੋ, ਇਸਕੋ ਆਪ ਸਾਫ਼ ਬੋਲਤੇ ਹੋ, ਫਰੂਟ ਕਹਾਂ ਪਰ ਸਾਫ਼ ਹੈ, ਇਸਕੋ ਆਪ ਸਾਫ਼ ਬੋਲ ਰਹੇ ਹੋ, ਬੋਲੋ ਬੋਲੋ ਇਸਕੋ ਆਪ ਸਾਫ਼ ਬੋਲਤੇ ਹੋ ਫਰੂਟ ਕੋ। ਆਪਕੋ ਪਤਾ ਹੈ ਨਾ ਕਿ ਕਿਤਨੀ ਬਿਮਾਰੀਆਂ ਬੜ ਰਹੀ ਔਰ ਆਪ ਜੇ ਗੰਦਾ ਸਮਾਨ ਵੇਚ ਰਹੇ ਹੋ, ਕਿਆ ਕਹਿਣਾ ਚਾਹਤੇ ਹੋ? ਆਗੇ ਸੇ ਬੋਲੋ, ਨਹੀਂ ਆਗੇ ਸੇ ਨਹੀਂ। ਹੈਂ? ਆਗੇ ਸੇ ਬੋਲੋ। ਲੋਕੋ ਕੀ ਸੇ ਖਿਲਵਾੜ ਕਰੋਗੇ? ਆਗੇ ਸੇ ਨਹੀਂ। ਹੈਂ? ਖੁਦ ਵੀ ਬਿਮਾਰ ਪੜੋਗੇ ਤਾਂ ਦੂਸਰੇ ਕੋ ਵੀ ਕਰੋਗੇ। ਆਗੇ ਸੇ। ਮਾਨਤੇ ਹੋ ਨਾ ਜੇ ਬਾਤ ਕੋ? ਕਬ ਸੇ ਲਗਾ ਰਹੇ ਹੋ ਰੇੜੀ? ਮੈਂ ਤੋ ਇੱਕ ਦੋ ਦਿਨ ਕੇ ਲਈ ਆਇਆ ਤਾਂ, ਉਹ ਬੰਦਾ ਦੂਸਰਾ ਆਏਗਾ। ਨਹੀਂ ਆਪਕੀ ਰੇੜੀ ਤਾਂ ਪੱਕੀ ਲੱਗ ਜਹਾਂ ਪਰ ਲੱਗਤੀ ਹੈ। ਨਹੀਂ ਬੂਟ ਕੰਨ ਸੇ। ਉਹ ਬੋਲਤੇ 4 ਸਾਲ 4 ਸਾਲ ਹੋ ਗਏ। ਬੋਲਿਆ ਬੰਦਾ ਉਹ ਨਹੀਂ ਹੈ। ਕਿਸੀ ਚੀਜ਼ ਕਾ ਡਰ ਨਹੀਂ ਹੈ, ਕਾਨੂੰਨ ਕਾ ਜਾਂ ਕਿਸੀ ਕੋਈ ਕਮੇਟੀ ਕਾ ਡਰ ਨਹੀਂ ਹੈ ਕਿ ਮੈਂ ਗੰਦਾ ਫਰੂਟ ਵੇਚਦਾ ਹੂੰ ਔਰ ਕੋਈ ਮੇਰੇ ਟੋਕੇਗਾ? ਤਾਂ ਫਿਰ ਕਿਉਂ ਵੇਚਾ ਆਪਣੇ? ਮੈਂ ਮੇਰਾ ਤਾਂ ਅੱਡਾ ਆਪ ਰੋਜ਼ ਹੀ ਜਹਾਂ ਵੇਚਦੇ ਮੇਰਾ ਤਾਂ ਅੱਡਾ ਉੱਡ ਗਿਆ ਉਧਰ, ਫਿਰ ਘੁੰਮਾ ਲਗੇ ਤਾਂ ਨਹਿਰ ਕੀ ਤਰ੍ਹਾਂ। ਮੈਂ ਅੱਡ ਅੱਡਾ ਲਗਾਤਾ, ਇੱਧਰ ਬੰਦਾ ਦੂਸਰਾ ਤਾਂ ਉਹ ਗਿਆ ਰਾਤ ਪਿੰਡ। ਤਾਂ ਫਿਰ ਆਪ ਇੱਧਰ ਕਿਉਂ ਆਏ? ਆਪ ਇੱਧਰ ਕਿਉਂ ਆਏ? ਉਹ ਇੱਕ ਦੋ ਦਿਨ ਕੇ ਲਈ ਛੋੜ ਕੇ ਗਿਆ ਨਾ, ਇੱਕ ਦੋ ਦਿਨ ਕੇ ਲਈ।